ਗੁਰਨਾਮਪੁਲਰ, ਮਾਹੀ ਸ਼ਰਮਾ ਤੇ ਪ੍ਰਾਂਜਲ ਦਹੀਆ ਦੀ ਆਉਣ ਵਾਲੀ ਮੂਵੀ ਰੋਜ਼ ਰੋਜ਼ੀ ਤੇ ਗੁਲਾਬ ਦਾ ਨਵਾਂ ਗੀਤ ਹੋਇਆ ਰਿਲੀਜ਼। ਜੀ ਹਾਂ, ਇਸ ਫਿਲਮ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਿਆ ਹੈ ਤੇ ਫੈਨਸ ਦਾ ਇੰਤਜ਼ਾਰ ਹੋ ਚੁੱਕਾ ਹੈ ਖਤਮ। ਫਿਲਮ ਦਾ ਪਹਿਲਾ ਗੀਤ ਗੱਭਰੂ ਗੁਲਾਬ ਵਰਗਾ ਹੋ ਚੁੱਕਿਆ ਹੈ ਰਿਲੀਜ਼। ਇਸ ਗੀਤ ਨੂੰ ਮਿਲ ਰਿਹਾ ਹੈ ਲੋਕਾਂ ਦਾ ਭਰਵਾਂ ਹੁੰਗਾਰਾ। ਰੀਸੈਂਟਲੀ ਡਾਇਮੰਡ ਸਟਾਰ ਵਰਲਡ ਵਾਈਡ ਦੇ ਆਫੀਸ਼ੀਅਲ ਯੂਟਿਊਬ ਚੈਨਲ ਦੇ ਉੱਤੇ ਰਿਲੀਜ਼ ਕੀਤਾ ਗਿਆ ਹੈ ਗੱਭਰੂ ਗੁਲਾਬ ਵਰਗਾ ਗੀਤ ਤੇ ਇਸ ਗੀਤ ਨੂੰ ਫਿਲਮਾਇਆ ਗਿਆ ਹੈ ਗੁਰਨਾਮ ਭੁੱਲਰ, ਮਾਹੀ ਸ਼ਰਮਾ ਤੇ ਪ੍ਰਾਂਜਲ ਦਹੀਆ ਤੇ। ਜੀ ਹਾਂ, ਜੋ ਫਿਲਮ ਦੀ ਲੀਡਿੰਗ ਟ੍ਰਾਇਓ ਹੈ, ਜੋ ਫਿਲਮ ਦੀ ਲੀਡਿੰਗ ਸਟਾਰ ਕਾਸਟ ਹੈ, ਉਹਨਾਂ ਤੇ ਇਸ ਗੀਤ ਦੀ ਵੀਡੀਓ ਨੂੰ ਫਿਲਮਾਇਆ ਗਿਆ ਹੈ, ਜੋ ਕਿ ਇਸ ਗੀਤ ਦੇ ਵਿੱਚ ਕਾਫੀ ਜ਼ਿਆਦਾ ਪਿਆਰੇ ਵੀ ਲੱਗ ਰਹੇ ਨੇ। ਵੈਲੇ ਦੱਸ ਦਈਏ ਕਿ ਇਸ ਗੀਤ ਨੂੰ ਲੋਕਾਂ ਦਾ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਤੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਐਪਰੀਸ਼ੀਏਟ ਕੀਤਾ ਜਾ ਰਿਹਾ ਗੁਰਨਾਮ ਭੁੱਲਰ, ਪ੍ਰਾਂਜਲ ਦਹੀਆ ਤੇ ਮਾਹੀ ਸ਼ਰਮਾ ਨੂੰ। ਉੱਥੇ ਹੀ ਜੇਕਰ ਇਸ ਗੀਤ ਦੇ ਕ੍ਰੈਡਿਟਸ ਦੀ ਗੱਲ ਕਰੀਏ ਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਵਨ ਐਂਡ ਓਨਲੀ ਗੁਰਨਾਮ ਭੁੱਲਰ ਨੇ ਤੇ ਜੇਕਰ ਗੱਭਰੂ ਗੁਲਾਬ ਵਰਗਾ ਗੀਤ ਦੇ ਲਿਰਿਕਸ ਦੀ ਗੱਲ ਕਰੀਏ ਤੇ ਇਸ ਗੀਤ ਦੇ ਲਿਰਿਕਸ ਨੂੰ ਲਿਖਿਆ ਹੈ ਗੁਰਨਾਮ ਭੁੱਲਰ ਨੇ ਹੀ ਤੇ ਕੰਪੋਜੀਸ਼ਨ ਦਾ ਕ੍ਰੈਡਿਟ ਵੀ ਗੁਰਨਾਮ ਭੁੱਲਰ ਨੂੰ ਹੀ ਜਾਂਦਾ ਹੈ। ਯਾਨੀ ਕਿ ਗੁਰਨਾਮ ਭੁੱਲਰ ਨੇ ਇਸ ਗੀਤ ਵਿੱਚ ਵਨ ਮੈਨ ਆਰਮੀ ਵਾਲਾ ਕੰਮ ਕੀਤਾ ਹੈ ਤੇ ਨਾਲ ਹੀ ਹੁਣ ਜੇਕਰ ਅਸੀਂ ਇਸ ਗੀਤ ਦੇ ਮਿਊਜ਼ਿਕ ਦੀ ਗੱਲ ਕਰੀਏ ਤੇ ਰੈਕਸ ਮਿਊਜ਼ਿਕ ਦੇ ਵੱਲੋਂ ਇਸ ਗੀਤ ਦੇ ਮਿਊਜ਼ਿਕ ਨੂੰ ਬਣਾਇਆ ਗਿਆ। ਹੁਣ ਉੱਥੇ ਹੀ ਜੇਕਰ ਗੱਭਰੂ ਗੁਲਾਬ ਵਰਗਾ ਗੀਤ ਦੇ ਰਿਸਪੋਂਸ ਦੀ ਗੱਲ ਕਰੀਏ ਤੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਵੈਲ, ਹੁਣ ਜੇਕਰ ਰੋਜ਼ ਰੋਜ਼ੀ ਤੇ ਗੁਲਾਬ ਫਿਲਮ ਦੇ ਕ੍ਰੈਡਿਟਸ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਗੁਰਨਾਮ ਭੁੱਲਰ, ਮਾਹੀ ਸ਼ਰਮਾ ਤੇ ਪ੍ਰਾਂਜਲ ਦਹੀਆ ਮੇਨ ਲੀਡ ਪਲੇ ਕਰਦੇ ਹੋਏ। ਫਿਲਮ ਦੇ ਟੀਜ਼ਰ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਫਿਲਮ ਇੱਕ ਲਵ ਟ੍ਰਾਇੰਗਲ ਹੋ ਸਕਦੀ ਹੈ। ਹੁਣ ਦੇਖਦੇ ਹਾਂ ਕਿ ਫਿਲਮ ਦੇ ਵਿੱਚ ਕੀ ਕੁਝ ਖਾਸ ਹੁੰਦਾ ਹੈ, ਫਿਲਮ ਦੇ ਵਿੱਚ ਕੀ ਕੁਝ ਯੂਨੀਕ ਹੁੰਦਾ ਹੈ। ਵੈਲ, ਫਿਲਮ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਿਆ ਹੈ ਤੇ ਇਸ ਗੀਤ ਨੂੰ ਲੋਕ ਪਸੰਦ ਵੀ ਕਰ ਰਹੇ ਨੇ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਜੇਕਰ ਇਸ ਫਿਲਮ ਦੇ ਬਾਕੀ ਕ੍ਰੈਡਿਟਸ ਦੀ ਗੱਲ ਕਰੀਏ ਤੇ ਰੋਜ਼ ਰੋਜ਼ੀ ਤੇ ਗੁਲਾਬ ਫਿਲਮ ਨੂੰ ਡਾਇਰੈਕਟ ਕੀਤਾ ਹੈ ਮਨਵੀਰ ਬਰਾੜ ਨੇ ਤੇ ਇਹ ਵੀ ਦੱਸ ਦਈਏ ਕਿ ਇਸ ਫਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਹੈ ਪ੍ਰੀਤ ਸੰਘਰੇੜੀ ਦੇ ਵੱਲੋਂ। ਤੇ ਜੇਕਰ ਇਸ ਫਿਲਮ ਦੇ ਪ੍ਰੋਡਿਊਸਰਸ ਦੀ ਗੱਲ ਕਰੀਏ ਤੇ ਰੋਜ਼ ਰੋਜ਼ੀ ਤੇ ਗੁਲਾਬ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਗੁਰਨਾਮ ਭੁੱਲਰ ਐਂਡ ਮੁਨੀਸ਼ ਸਾਨੀ ਦੇ ਵੱਲੋਂ। ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਫਿਲਮ ਜਲਦੀ ਹੀ ਸਿਨੇਮਾ ਘਰਾਂ ਦੇ ਵਿੱਚ ਹੋਣ ਵਾਲੀ ਹੈ ਰਿਲੀਜ਼। ਦੱਸ ਦਈਏ ਕਿ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਨੇ ਓਮਜੀ ਸਿਨੇ ਵਰਲਡ ਐਂਡ ਡਾਇਮੰਡ ਸਟਾਰ ਵਰਲਡ ਵਾਈਡ, ਯਾਨੀ ਕਿ ਓਮਜੀ ਸਿਨੇ ਵਰਲਡ ਐਂਡ ਡਾਇਮੰਡ ਸਟਾਰ ਵਰਲਡ ਵਾਈਡ ਦੇ ਬੈਨਰ ਹੇਠ ਰਿਲੀਜ਼ ਹੋ ਜਾਵੇਗੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ। 24 ਮਈ 2024 ਯਾਨੀ ਕਿ ਅਗਲੇ ਮਹੀਨੇ 24 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇ ਰਹੀ ਹੈ। ਕਿੰਨੇ ਐਕਸਾਈਟਿਡ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।